ਭਾਰਤ ਤੋਂ థਾਈਲੈਂਡ ਵੀਜ਼ਾ ਆਨਲਾਈਨ ਅਰਾਈਵਲ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ 7 ਗੁਣਾ ਵੱਧ ਗਈ ਹੈ ਇਹ ਜਾਣਕਾਰੀ ਵੀਜ਼ਾ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਦੇ ਲਈ ਏਜੰਸੀ ਵੀਐਫਐਸ ਗਲੋਬਲ ਨੇ ਸਾਂਝੀ ਕੀਤੀ ਹੈ ਵੀਐਫਐਸ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਥੋਂ THAILAND ਦਾ ਮੌਕੇ ਤੇ ਵੀਜ਼ਾ ਲੈਣ ਲਈ ਆਨਲਾਈਨ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਚ ਭਾਰੀ ਉਛਾਲ ਆਇਆ ਭਾਰਤ ਸਰਕਾਰ ਨੇ ਕਰੋਨਾ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਕੁਮਾਂਤਰੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ ਉਸ ਵੇਲੇ ਤੋਂ ਲੈ ਕੇ ਅਕਤੂਬਰ ਤੱਕ ਈ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ 7 ਗੁਣਾ ਵੱਧ ਗਈ ਹੈ ਦੱਸਣਾ ਬਣਦਾ ਹੈ ਕਿ BFS Global ਨੇ Immigration Bureau of Thailand ਨਾਲ ਭਾਈਵਾਲੀ ਤਹਿਤ ਸਾਲ 2019 ਵਿੱਚ ਪਹੁੰਚਣਸਾਰ ਵੀਜ਼ਾ ਮਿਲਣ ਦੇ ਲਈ ਈ ਵੀਜ਼ਾ ਸੇਵਾ ਸ਼ੁਰੂ ਕੀਤੀ। BFS Global ਦੇ ਪਾਸਪੋਰਟ ਦੇ ਈ ਵੀਜ਼ਾ ਦੇ CEO ਨੌਇਲ ਸੈਨ ਨੇ ਦੱਸਿਆ ਕਿ ਈ ਵੀਜ਼ਾ ਦਰਖਾਸਤ ਦੀ ਗਿਣਤੀ ਵੱਧ ਗਈ ਹੈ ਤੇ ਇਸ ਸੇਵਾ ਦੀ ਵਰਤੋਂ ਕਰਨ ਵਾਲਿਆਂ ਦੀ Thailand 'ਚ ਦਾਖਲ ਹੋਣ ਲਈ ਉੱਥੋਂ ਦੇ ਮੁੱਖ ਹਵਾਈ ਅੱਡਿਆਂ ਤੇ ਖੱਜਲ ਖਵਰੀ ਬਚ ਜਾਂਦੀ ਹੈ।